ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਵਿੰਪੀ ਸਿੱਧੂ ਲੈ ਕੇ ਆਈ ਹਾਂ ਸਾਹਿਤ ਦੇ ਸੰਗ। ਪਿਛਲੇ ਸਮੇਂ ਦੌਰਾਨ ਮੈਂ ਪੜ੍ਹਨ ਲਿਖਣ ਵਿੱਚ ਕਾਫ਼ੀ ਜ਼ਿਆਦਾ ਵਿਅਸਤ ਰਹੀ ਹਾਂ। ਮੇਰੇ ਕੁਝ ਸੁਨੇਹੀਆਂ ਨੇ ਮੈਨੂੰ ਸੁਜੈਸ਼ਨਸ ਦਿੱਤੇ ਕਿ ਮੈਂ ਜੋ ਪੜ੍ਹਦੀ ਲਿਖਦੀ ਹਾਂ ਆਪਣੇ ਤੱਕ ਮਹਿਦੂਦ ਨਾ ਰੱਖ ਕੇ ਥਰੂ ਟ੍ਰੈਂਡ ਸੈਟਰ ਤੁਹਾਡੇ ਲੋਕਾਂ ਦੇ ਨਾਲ ਸ਼ੇਅਰ ਕਰਾਂ। ਮੈਨੂੰ ਇਹ ਸੁਜੈਸ਼ਨ ਕਾਫ਼ੀ ਅੱਛੇ ਲੱਗੇ, ਬਿਕੋਜ਼ ਸਾਹਿਤ ਦੀ ਸਟੂਡੈਂਟ ਹੋਣ ਦੇ ਨਾਤੇ ਮੇਰਾ ਇਖਲਾਕੀ ਫਰਜ਼ ਵੀ ਹੈ ਕਿ ਮੈਂ ਕਿਤਾਬ ਸੱਭਿਆਚਾਰ ਨੂੰ ਪ੍ਰਮੋਟ ਕਰਾਂ। ਇਸੇ ਸੰਦਰਭ ਵਿੱਚ ਮੈਂ ਸਾਹਿਤ ਦੇ ਸੰਗ ਲਿਖਿਆ, ਜਿਸ ਦਾ ਪਹਿਲਾ ਐਪੀਸੋਡ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ। ਤੁਸੀਂ ਵੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਚਾਰ ਕਿਤਾਬਾਂ ਨੇ। ਇਹ ਕਿਤਾਬਾਂ ਪੰਜਾਬੀ ਦੇ ਵੱਡੇ ਕਵੀ, ਸਾਹਿਤ ਅਕੈਡਮੀ ਅਵਾਰਡ ਵਿਜੇਤਾ ਦਰਸ਼ਨ ਬੁੱਟਰ ਹੋਣਾ ਦੀ ਕਵਿਤਾ ਦੀਆਂ ਕਿਤਾਬਾਂ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲੀ ਕਿਤਾਬ ਅੱਕਾਂ ਦੀ ਕਵਿਤਾ, ਜਿਸ ਕਿਤਾਬ ਦੇ ਉੱਪਰ ਇਹਨਾਂ ਨੂੰ ਇਨਾਮ ਮਿਲਿਆ ਹੈ, ਮੈਂ ਪੂਰੀ ਪੜ੍ਹ ਚੁੱਕੀ ਹਾਂ। ਬਹੁਤ ਅੱਛੀ ਕਿਤਾਬ ਹੈ। ਪੂਰੀ ਕਿਤਾਬ ਦੇ ਵਿੱਚ ਕਵੀ ਆਪਣੇ ਪਿੰਡ ਦੀ ਪਰਿਕਰਮਾ ਕਰਦਾ ਨਜ਼ਰ ਆਉਂਦਾ ਹੈ, ਔਰ ਇਹਦੇ ਵਿੱਚੋਂ ਇੱਕ ਵੰਨਗੀ ਤੁਹਾਡੇ ਨਾਲ ਸ਼ੇਅਰ ਕਰਨ ਲਈ ਮੈਂ ਇਹ ਕਿਤਾਬ ਚੁੱਕੀ ਹੈ। ਰੁਖਸਤ ਹੋਣ ਦਾ ਢੰਗ, ਜਿਉਣ ਸਿਉਂ ਖੱਬੀ ਖਾਣ ਦੇ ਗੱਲ ਰੱਸਾ ਵੇਖ ਕੇ। ਇਹ ਕੋਈ ਢੰਗ ਨਹੀਂ ਰੁਖਸਤ ਹੋਣ ਦਾ, ਇਹ ਕੋਈ ਢੰਗ ਨਹੀਂ ਰੁਖਸਤ ਹੋਣ ਦਾ, ਮੁੜਕੇ ਦਾ ਮੁੱਲ ਇੰਨਾ ਘੱਟ ਨਹੀਂ ਹੋ ਸਕਦਾ। ਸੰਗ ਹੇਠੋਂ ਜ਼ਹਿਰ ਉਤਾਰਨ ਨਾਲ ਪੈਰਾਂ ਹੇਠਲੀ ਜ਼ਮੀਨ ਵਾਪਸ ਨਹੀਂ ਆਏਗੀ। ਛੱਤ ਨਾਲ ਲਮਕਦਾ ਰੱਸਾ ਛੱਤ ਦੀ ਸਲਾਮਤੀ ਦਾ ਜਾਮਨ ਨਹੀਂ ਬਣੇਗਾ। ਬੇਰ ਉੱਤੇ ਰੁਖਸਤ ਹੋਣ ਵਾਲੇ ਭਾਰ ਮੁਕਤ ਨਹੀਂ ਹੁੰਦੇ, ਬੇਰ ਉੱਤੇ ਰੁਖਸਤ ਹੋਣ ਵਾਲੇ ਭਾਰ ਮੁਕਤ ਨਹੀਂ ਹੁੰਦੇ। ਹੌਂਕਿਆਂ ਦੀਆਂ ਪੰਡਾਂ ਹੇਠ ਦੱਬੇ ਵੈਣਾਂ ਦੀ ਪਰਿਕਰਮਾ ਕਰਦੇ ਰਹਿੰਦੇ। ਚੁੱਲ੍ਹਾ ਠੰਡਾ ਹੈ ਤਾਂ ਬਾਲਣ ਦੀ ਤਲਾਸ਼ ਕਰ, ਚੁੱਲ੍ਹਾ ਠੰਡਾ ਹੈ ਤਾਂ ਬਾਲਣ ਦੀ ਤਲਾਸ਼ ਕਰ। ਜਿਸ ਦਿਨ ਰੋਟੀ ਦੇ ਚੋਰ ਦਿਸ ਪਏ, ਦਿਸ ਪਏਗਾ ਰੁਖਸਤ ਹੋਣ ਦਾ ਸਹੀ ਰਾਹ ਵੀ, ਮਿਲ ਜਾਏਗਾ ਜੀਣ ਦਾ ਮੁਕੰਮਲ ਮਕਸਦ। ਵੱਡਿਆ ਖੱਬੀ ਖਾਨਾ ਕਾਨੂੰ ਰੱਖਣਾ ਸੀ ਨਾ ਜਿਉਣ ਸਿਉਂ, ਵੱਡਿਆ ਖੱਬੀ ਖਾਨਾ ਕਾਨੂੰ ਰੱਖਣਾ ਸੀ ਨਾ ਜਿਉਣ ਸਿਉਂ। ਇਹ ਕੋਈ ਢੰਗ ਨਹੀਂ ਰੁਖਸਤ ਹੋਣ ਦਾ, ਮੁੜਕੇ ਦਾ ਮੁੱਲ ਇੰਨਾ ਘੱਟ ਨਹੀਂ ਹੋ ਸਕਦਾ, ਮੁੜਕੇ ਦਾ ਮੁੱਲ ਇੰਨਾ ਘੱਟ ਨਹੀਂ ਹੋ ਸਕਦਾ। ਦੋਸਤੋ, ਜੇਕਰ ਦਰਸ਼ਨ ਬੁੱਟਰ ਹੋਣਾ ਦੀ ਕਵਿਤਾ ਦਾ ਇਹ ਰੰਗ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰਨਾ, ਸ਼ੇਅਰ ਕਰਨਾ ਔਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੇਕਰ ਤੁਸੀਂ ਇਹ ਕਿਤਾਬ ਬਾਏ ਕਰਕੇ ਪੜ੍ਹਨਾ ਚਾਹੁੰਦੇ ਹੋ ਤਾਂ ਅੱਕਾਂ ਦੀ ਕਵਿਤਾ ਇਹਨਾਂ ਦੀ ਲੇਟੈਸਟ ਕਿਤਾਬ ਬਹੁਤ ਅੱਛੀ ਕਿਤਾਬ ਹੈ, ਹੋਰ ਵੀ ਇਹਨਾਂ ਦੀਆਂ ਕਿਤਾਬਾਂ ਨੇ, ਚੇਤਨਾ ਪ੍ਰਕਾਸ਼ਨ ਲੁਧਿਆਣਾ ਦੀ ਪਬਲੀਕੇਸ਼ਨ ਹੈ, ਜ਼ਰੂਰ ਪੜ੍ਹਨਾ। ਔਰ ਮੈਂ ਤੁਹਾਨੂੰ ਫਿਰ ਮਿਲਾਂਗੀ ਕਵਿਤਾ ਦੇ ਕਿਸੇ ਹੋਰ ਰੰਗ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।